ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਦਿਨ ਅਸੀਂ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਹਾ ਤੁਹਾਨੂੰ ਦੱਸ ਦਈਏ ਕਿ ਇਹ ਸ਼ਿਕਾਇਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਨੂੰ ਦਿੱਤੀ ਗਈ ਹੈ ਨਾਲ ਹੀ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਵੀ ਕੀਤੀ ਗਈ ਹੈ ਇਹ ਸ਼ਿਕਾਇਤ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ 7 ਮੈਂਬਰੀ ਪ੍ਰਤੀਨਿਧੀ ਮੰਡਲ ਦੇ ਵੱਲੋਂ ਕੀਤੀ ਗਈ ਇਹ ਹੈ ਤੁਹਾਨੂੰ ਦੱਸ ਦਈਏ ਕਿ ਸ਼ਿਕਾਇਤ ਕਰਤਾ ਓਮ ਸਿੰਘ ਸਟਿਆਣਾ ਅਤੇ ਸਾਬਕਾ ਪ੍ਰਧਾਨ ਬਲਵੰਤ ਸਿੰਘ ਖੇੜਾ ਦੀ ਅਗਵਾਈ ਵਿੱਚ ਇਸ ਪ੍ਰਤੀਨਿਧੀ ਮੰਡਲ ਨੇ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਧਾਰਾ 153A, 153B, 295A, 5052, 123(3)A ਅਤੇ 125 ਦੇ ਭਾਰਤੀ ਲੋਕ ਪ੍ਰਤੀਨਿਧੀ ਕਾਨੂੰਨ ਦੇ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪੂਰਾ ਮਾਮਲਾ ਕੀ ਹੈ ਉਹ ਮਾਮਲਾ ਵੀ ਤੁਹਾਨੂੰ ਦੱਸ ਦਿੰਨੇ ਆ। ਆ ਤੁਹਾਨੂੰ ਦੱਸ ਦਈਏ ਕਿ ਇਹ ਆਗੂ ਜੋ ਨੇ ਇਹਨਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਚਾਰਾਂ ਦੀ ਆਜ਼ਾਦੀ ਨੂੰ ਜ਼ਾਹਿਰ ਕਰਦੇ ਹੋਏ ਨੈਤਿਕ ਕਦਰਾਂ-ਕੀਮਤਾਂ ਦੀ ਉਲੰਘਣਾ ਕੀਤੀ ਗਈ ਹੈ ਪ੍ਰਧਾਨ ਮੰਤਰੀ ਵੱਲੋਂ ਧਰਮ ਨੂੰ ਸਿਆਸਤ ਦੇ ਨਾਲ ਮਿਲਾ ਕੇ ਕਰਨਾਟਕ ਦੀਆਂ ਚੋਣ ਰੈਲੀ ਵਿੱਚ ਵੋਟਰਾਂ ਨੂੰ ਈਵੀਐਮ ਮਸ਼ੀਨ ਦਾ ਬਟਨ ਦਬਾਉਂਦੇ ਸਮੇਂ ਜੈ ਬਜਰੰਗ ਬਲੀ ਦਾ ਨਾਰਾ ਲਗਾਉਣ ਦੀ ਅਪੀਲ ਕੀਤੀ ਗਈ ਸੀ ਤੇ ਸ਼ਿਕਾਇਤਕਰਤਾ ਵੱਲੋਂ ਪ੍ਰਧਾਨ ਮੰਤਰੀ ਦੀ ਵੀਡੀਓ ਰਿਕਾਰਡਿੰਗ ਦੀ ਕਲਿੱਪ ਵੀ ਸ਼ਿਕਾਇਤ ਦੇ ਨਾਲ ਨੱਥੀ ਕੀਤੀ ਗਈ ਹੈ ਹੁਸ਼ਿਆਰਪੁਰ ਪੁਲਿਸ ਵੱਲੋਂ ਮਾਮਲਾ ਪੰਜਾਬ ਪੁਲਿਸ ਦੇ ਉੱਚ ਅਹੁਦਾ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਹੈ ਪਰ ਕਾਰਵਾਈ ਦੇ ਸੰਬੰਧ ਵਿੱਚ ਸ਼ਿਕਾਇਤਕਰਤਾ ਜਿਉ ਨੇ ਫਿਲਹਾਲ ਉਹਨਾਂ ਨੂੰ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਬੇਸ਼ੱਕ ਹੁਸ਼ਿਆਰਪੁਰ ਦੇ ਵਿੱਚ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਔਰ ਸ਼ਿਕਾਇਤਕਰਤਾ ਮੰਗ ਕਰ ਰਹੇ ਨੇ ਕਿ ਐਫ ਆਈ ਆਰ ਵੀ ਦਰਜ ਹੋਣੀ ਚਾਹੀਦੀ ਹੈ ਪਰ ਇਹ ਮਾਮਲਾ ਕੋਈ ਹੁਣ ਦਾ ਨਹੀਂ ਹੈ 2 ਮਹੀਨੇ ਪਹਿਲਾਂ ਚੀਫ ਜਸਟਿਸ ਡੀワイ ਚੰਦਰ ਚੂੜ ਹੁਣਾਂ ਨੂੰ ਵੀ ਅਪੀਲ ਕੀਤੀ ਗਈ ਸੀ ਉਹਨਾਂ ਨੂੰ ਵੀ ਇੱਕ ਮੰਗ ਪੱਤਰ ਭੇਜਿਆ ਗਿਆ ਸੀ ਔਰ ਉਹਦੇ ਵਿੱਚ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਵੀ ਆਖੀ ਗਈ ਸੀ ਉਦੋਂ ਬਲਵੰਤ ਸਿੰਘ ਖੇੜਾ ਹੁਣਾਂ ਦੇ ਵੱਲੋਂ ਨਾਲ ਕੁਝ ਮੈਂਬਰਾਂ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਸ ਮਾਮਲੇ ਨੂੰ ਉਭਾਰਿਆ ਗਿਆ ਸੀ ਕੀ ਕੁਝ ਕਿਹਾ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਆਓ ਸੁਣਦੇ ਹਾਂ ਸਾਰੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਸਾਰੀਆਂ ਪਾਰਟੀਆਂ ਨੂੰ ਹਲਫਨਾਮੇ ਦਿਓ ਕਿ ਤੁਸੀਂ ਫਿਰਕਾ ਪ੍ਰਸਤ ਪਾਰਟੀ ਕੋਈ ਕੰਮ ਸਾਡੇ ਦੇਸ਼ ਵਿੱਚ ਨਹੀਂ ਕਰ ਸਕਦੇ ਔਰ ਇਹ ਸਾਰੀਆਂ ਪਾਰਟੀਆਂ ਨੇ ਲਿਖ ਕੇ ਦਿੱਤੇ ਅਕਾਲੀ ਦਲ ਵੀ ਸ਼ਾਮਿਲ ਹੈ ਕਾਂਗਰਸ ਵੀ ਭਾਰਤੀ ਜਨਤਾ ਪਾਰਟੀ ਸਾਰੀਆਂ ਪਾਰਟੀਆਂ ਲੇਕਿਨ ਇਹ ਪਾਰਟੀਆਂ ਆਪਣੇ ਲਿਖੇ ਤੇ ਨਹੀਂ ਚੱਲਦੀਆਂ ਇਹ ਆ ਪਟੀਸ਼ਨ ਪਾਈ ਹੈ ਇਹਦੇ ਆ ਦੁਨੀਆ ਭਰ ਦੇ ਵਿੱਚ ਸਾਡੀ ਇਸ ਪਟੀਸ਼ਨ ਦੀ ਚਰਚਾ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਪ੍ਰੋਫੈਸਰ ਆ ਆਨੰਦ ਕੁਮਾਰ ਜੀ ਇੱਕ ਨਹੀਂ ਇਸ ਤਰ੍ਹਾਂ ਦੇ ਦੁਨੀਆ ਦੇ ਪੱਧਰ ਚਰਚਾ ਦਾ ਵਿਸ਼ਾ ਬਣੀ ਆ ਵੀ ਪੰਜਾਬ ਦੇ ਸੋਸ਼ਲਿਸਟ ਪਾਰਟੀ ਆਲਿਆਂ ਨੇ ਜਿਹੜਾ ਇਹ ਟਾਂ ਕੱਢਿਆ ਜਿਹੜੀ ਇਹ ਸੋ ਮਟਰ ਪਰ ਦੇ ਚੋਂ ਕਮਿਸ਼ਨ ਸ਼ਿਰ ਡਾ ਸੀ ਜਸ ਡੀ ਬਾਈ ਚੰਦਰ ਚੋੜ ਨੂੰ ਭੇਜੀ ਆ ਇਹਦੇ ਵਿੱਚ ਚਾਰ ਗੱਲਾਂ ਹੈਗੀਆਂ ਪਹਿਲੀ ਗੱਲ ਨਾਲ ਇਹਦੇ ਅਸੀਂ ਸਬੂਤ ਵਜੋਂ ਉਹਦਾ ਵੀਡੀਓ ਕਲਿੱਪ ਵੀ ਭੇਜਿਆ ਜਿਹਦੇ ਵਿੱਚ 7 8 ਮਈ ਨੂੰ ਕਰਨਾਟਕ ਵਿੱਚ ਬੜਬੜੀਆਂ ਰੈਲੀਆਂ ਔਰ ਪੀੜਾਂ ਦੇ ਵਿੱਚ ਉੱਚੀ ਉੱਚੀ ਭਾੜੋਂ ਦਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਕਹਿ ਰਿਹਾ ਵੋਟਰਾਂ ਨੂੰ ਪਈ ਤੁਸੀਂ ਬਜਰੰਗ ਵਾਲੀ ਦਾ ਲਾਰਾ ਲਾ ਕੇ ਵੱਡਾ ਲੰਬੜਾ ਇਹ ਸਾਰੀ ਦੁਨੀਆ ਨੇ ਦੇਖਿਆ ਵਰਲਡ ਪ੍ਰੈਸ ਨੇ ਕਬਰ ਕੀਤਾ ਏ ਤੂੰ ਮੁਕਰਿਆ ਨਹੀਂ ਜਾ ਸਕਦਾ ਇਹ ਸਰਾਸਰ ਸੰਵਿਧਾਨ ਦੇਵੇਂ ਉਹਦੇ ਪ੍ਰਸਤਾਵਨਾ ਦੇਵੇਂ ਇਲੈਕਸ਼ਨ ਕਮਿਸ਼ਨ ਭਾਰਤ ਦਾ ਉਹਨਾਂ ਦਾ ਜਿਹੜਾ ਕੋਡ ਆਫ ਕੰਡਕਟ ਆ ਉਹਦੀ ਵੀ ਉਲੰਘਣਾ ਔਰ ਸੂਬੇ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਉਹ ਵੀ ਜ਼ੀਰੋ ਔਰ ਇਹ ਨਪੁੰਸਕ ਅਸੀਂ ਕਹਿ ਸਕਦੇ ਭਾਰਤ ਦਾ ਚੋਣ ਕਮਿਸ਼ਨ ਹੈ ਉਹਨਾਂ ਨੇ ਇਹਦਾ ਕੋਈ ਨੋਟਿਸ ਨਹੀਂ ਲਿਆ ਸੋਸ਼ਲਿਸਟ ਪਾਰਟੀ ਵਾਲਿਆਂ ਨੇ ਪ੍ਰਾਰਥਨਾ ਕੀਤੀ ਆ ਆ ਚੰਦਰ ਚੋੜ ਜੀ ਨੂੰ ਕਹੇ ਜਵਾਬਤਾਲ ਵੀ ਕਰੋ ਪ੍ਰਧਾਨ ਮੰਤਰੀ ਦੀ ਉਹ ਵੀ ਖੈਰੀ ਆ ਉਹਨੂੰ ਕਾਨੂੰਨ ਹੱਥ ਵਿੱਚ ਲੈਣ ਦੀ ਕੋਈ ਇਜਾਜ਼ਤ ਨਹੀਂ ਸਾਡੇ ਦੇਸ਼ ਦੇ ਵਿੱਚ ਮਜ਼ਾਵਾ ਨੂੰ ਤੇ ਸਿਆਸਤ ਨੂੰ ਮਿਲਾਨ ਦਾ ਕੋਈ ਰਵਾਜ ਨਹੀਂ ਨਾ ਸਾਰੀ ਸੁਤੰਤਰਤਾ ਲਹਿਰ ਵਿੱਚ ਸੀ ਔਰ ਸਾਡੇ ਸੰਵਿਧਾਨ ਵਿੱਚ ਨਹੀਂ ਪ੍ਰਸਤਾਵਨਾ ਵਿੱਚ ਨਹੀਂ ਔਰ ਜਿਹੜਾ ਜਿਹੜਾ ਹੈ ਸਾ ਇੰਡੀਆ ਲ ਰਿਪrezentੇਸ਼ਨ ਪੀਪਲ ਆ ਉਹਦੇ ਵਿੱਚ ਵੀ ਨਹੀਂ ਕੋਡ ਆਫ ਕੰਡਕਟ ਵਿੱਚ ਵੀ ਨਹੀਂ ਅਗਰ ਦੇਸ਼ ਦਾ ਪ੍ਰਮੁੱਖ ਆਦਮੀ ਹੀ ਉਹਦੀ ਅਲੰਗਣਾ ਕਰਦਾ ਹੈ ਤੇ ਉਹਨੂੰ ਲੋਕੀ ਤਾਂ 사ਝਾ ਦੇਮਗੇ ਲੇਕਿਨ ਤੁਸੀਂ ਸਾਡੇ ਕਾਨੂੰਨ ਦੇ ਸਭ ਤੋਂ ਬੱਟੇ ਅ ਅਦਾਲਤ ਦੇ ਪਰਮਖ ਹੋ ਸਾਡੀ ਬੇਨਤੀ ਹੈ ਕਿ ਇਸ ਨੂੰ ਦੋਸ਼ੀ ਇਕਰਾਰ ਦਿੱਤਾ ਜਾਵੇ ਬਣਦੀ ਸਜ਼ਾ ਤਤਸੇ ਸੁਣਿਆ ਕਿ ਸਾਫ ਤੌਰ ਉਤੇ ਉਹਨਾਂ ਨੇ ਆਖਿਆ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਜੋ ਹੈ ਉਹ ਅਜੇ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਹੈ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵੱਲ ਧਿਆਨ ਜੋ ਹੈ ਉਹ ਜ਼ਰੂਰ ਦਿੱਤਾ ਜਾਵੇਗਾ ਫਿਲਹਾਲ ਇਹ ਜੋ ਬਿਆਨ ਤੁਹਾਨੂੰ ਸੁਣਾਇਆ ਗਿਆ ਇਹ 2 ਮਹੀਨੇ ਪਹਿਲਾਂ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕਿਉਂਕਿ ਉਦੋਂ ਡੀਵਾਈ ਚੰਦਰ ਚੂੜ ਉਹਨਾਂ ਨੂੰ ਅਪੀਲ ਕੀਤੀ ਗਈ ਸੀ ਇਸ ਮਾਮਲੇ ਵੱਲ ਉਹਨਾਂ ਦਾ ਧਿਆਨ ਜੋ ਹੈ ਉਹ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਤੋਂ ਬਾਅਦ ਜਦੋਂ ਸੁਣਵਾਈ ਹੁੰਦੀ ਨਜ਼ਰ ਨਹੀਂ ਆਈ ਤਾਂ ਹੁਣ ਹੁਸ਼ਿਆਰਪੁਰ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਐਫ ਆਈ ਆਰ ਦਰਜ ਕਰਨ ਦੀ ਮੰਗ ਕਰ ਦਿੱਤੀ ਗਈ ਹੈ ਹੈਰਾਨਗੀ ਦੀ ਗੱਲ ਇਹ ਹੈ ਕਿ ਜਿੱਥੇ ਵਿਰੋਧੀ ਧਿਰ ਦੇ ਦਿੱਗਜ ਨੇਤਾ ਜੇਕਰ ਕੋਈ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਦਿੰਦੇ ਨੇ ਜਾਂ ਕੋਈ ਟਵੀਟ ਕਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਲੈ ਕੇ ਵੀ ਹਮਲਾਵਰ ਰੁਖ ਪਾਜਪਾ ਇਕਤਿਆਰ ਕਰਦੀ ਹੈ ਕਾਰਵਾਈਆਂ ਵੱਡੀਆਂ ਹੋ ਜਾਂਦੀਆਂ ਨੇ ਔਰ ਅਦਾਲਤਾਂ ਦੇ ਚੱਕਰ ਤੱਕ ਕੱਟਨੇ ਪੈਂਦੇ ਨੇ ਔਰ ਇੱਥੇ ਤਾਂ ਸਿੱਧੀ ਸ਼ਿਕਾਇਤ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕਰ ਦਿੱਤੀ ਗਈ ਹੈ ਹੁਣ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆ ਦਿੱਤਾ ਗਿਆ ਹੈ ਕਿ ਵੱਡੇ ਅਫਸਰ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਕਰਨਗੇ ਜਾਂ ਫਿਰ ਜੋ ਸੋਸਾਇਟੀ ਹੈ ਇਹਦੇ ਜਿਹੜੇ ਮੈਂਬਰਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਹੁਣ ਉਹਨਾਂ ਨੂੰ ਕੋਈ ਹੋਰ ਕਦਮ ਪੁੱਟਣਾ ਪਵੇਗਾ ਜੋ ਵੀ ਅਪਡੇਟਸ ਹੋਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ